ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਪੰਜਾਬੀ ਮਸਲੇ ਵਿੱਚ। ਇੱਕ ਵਾਰੀ ਫਿਰ ਤੋਂ ਹਾਜ਼ਰ ਹੋ ਚੁੱਕੇ ਹਾਂ ਲੈ ਕੇ ਕੁਝ ਨਵੀਆਂ ਅਪਡੇਟਸ। ਦੋਸਤੋ, ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਕੁਝ ਟਾਈਮ ਪਹਿਲਾਂ ਸਿੱਧੂ ਮੂਸੇਵਾਲੇ ਅਤੇ ਅੰਮ੍ਰਿਤ ਮਾਨ ਦਾ ਬੰਬੀਹਾ ਬੋਲੇ ਸੌਂਗ ਆਇਆ ਸੀ, ਜਿਸ ਵਿੱਚ ਸਿੱਧੂ ਮੂਸੇਵਾਲੇ ਨੇ ਫੀਮੇਲ ਸਿੰਗਰ ਜਸਵਿੰਦਰ ਬਰਾੜ ਦਾ ਜ਼ਿਕਰ ਵੀ ਕੀਤਾ ਸੀ। ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਜਸਵਿੰਦਰ ਬਰਾੜ ਦੇ ਨਾਮ ਤੋਂ ਯੂਟਿਊਬ ਉੱਪਰ ਸਰਚਾਂ ਵੱਜਣੀਆਂ ਸਟਾਰਟ ਹੋ ਗਈਆਂ ਸਨ। ਹਾਲ ਹੀ ਵਿੱਚ ਜਸਵਿੰਦਰ ਬਰਾੜ ਨੇ ਵੀ ਆਪਣੇ ਇੱਕ ਲਾਈਵ ਸ਼ੋਅ ਉੱਪਰ ਸਿੱਧੂ ਮੂਸੇਵਾਲੇ ਦਾ ਜ਼ਿਕਰ ਕਰਦੇ ਹੋਏ ਉਹਨਾਂ ਦੀਆਂ ਚੱਲ ਰਹੀਆਂ ਕੌਂਟਰੋਵਰਸੀਆਂ ਬਾਰੇ ਵੀ ਖੁੱਲ੍ਹ ਕੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਹੋਰ ਕੀ ਕਿਹਾ ਸਿੱਧੂ ਮੂਸੇਵਾਲੇ ਬਾਰੇ, ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਇਸ ਵੀਡੀਓ ਵਿੱਚ। ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਜਲਦ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ। ਧੰਨਵਾਦ। ਇੱਕ ਸਿੱਧੂ ਮੂਸੇਵਾਲੇ ਬਹੁਤ ਕੰਟਰੋਵਰਸੀ ਹੁੰਦੀ ਹੈ ਜੀ, ਗਨ ਚੱਕਦਾ, ਇਹ ਕਰਦਾ, ਉਹ ਕਰਦਾ, ਇਹ ਕਰਦਾ। ਤੁਸੀਂ ਉਸ ਇਨਸਾਨ ਨੂੰ ਘਰ ਜਾ ਕੇ ਮਿਲ ਕੇ ਵੇਖੋ, ਉਹ ਇੰਨਾ ਨਾਈਸ ਪਰਸਨ ਹੈ, ਇੰਨਾ ਗੁੱਡ ਇਨਸਾਨ ਹੈ। ਵੀ ਇਹ ਨਹੀਂ ਵੀ ਉਹਨੇ ਮੇਰਾ ਨਾਂ ਲਿਆ, ਮੈਂ ਤਾਂ ਕਹਿੰਦੀ ਹਾਂ। ਉਦੋਂ ਪਹਿਲਾਂ ਅਸੀਂ ਆਪਸ ਵਿੱਚ ਰਿਸ਼ਤੇਦਾਰ ਹਾਂ। ਮੈਂ ਉਸ ਬੱਚੇ ਨੇ ਮੈਨੂੰ ਅਦਬ ਦਿੱਤਾ, ਸਤਿਕਾਰ ਦਿੱਤਾ, ਮੇਰਾ ਨਾਂ ਲਿਆ, ਬਹੁਤ ਵਧੀਆ ਗੱਲ ਹੈ। ਨਹੀਂ, ਚੜ੍ਹੀ ਗੁੱਡੀ 'ਚ ਕੌਣ ਕਿਸੇ ਨੂੰ ਯਾਦ ਕਰਦਾ? ਕੋਈ ਕਰਦਾ? ਨਹੀਂ ਕਰਦਾ, ਹੈ ਨਾ। ਕਹਿੰਦੇ ਜੇ ਜ਼ਿੰਦਗੀ ਨੂੰ ਵੇਖਣਾ ਹੈ ਤਾਂ ਬਾਰਿਸ਼ 'ਚ ਪਤੰਗ ਉਡਾ ਕੇ ਵੇਖੋ। ਜੇ ਕਿਸੇ ਨੂੰ ਪਰਖਣਾ ਹੈ ਨਾ, ਜ਼ਿੰਦਗੀ ਨੂੰ ਪਰਖਣਾ ਹੈ ਤਾਂ ਚੱਲਦੀ ਬਾਰਿਸ਼ 'ਚ ਪਤੰਗ ਉਡਾ ਕੇ ਦੇਖੋ। ਪਤੰਗ ਕਦੇ ਨਹੀਂ ਉੱਡਦਾ, ਜਿੰਨੀ ਵਾਰ ਪਤੰਗ ਉਡਾਉਂਗੇ ਭਿੱਜ ਕੇ ਥੱਲੇ ਆਊਗਾ। ਅਤੇ ਕਈ ਵਾਰ ਜ਼ਿੰਦਗੀ ਉਸ ਪੜਾਅ 'ਚ ਚੱਲ ਰਹੀ ਹੁੰਦੀ ਹੈ ਵੀ ਆਪਾਂ ਪਤੰਗ ਉਡਾਉਣਾ ਚਾਹੁੰਦੇ ਹੁੰਦੇ ਹਾਂ, ਪੜੰਗ ਉਸ ਵਾਰਿਸ਼ 'ਚ, ਦੁੱਖਾਂ ਦੀ ਵਾਰਿਸ਼ 'ਚ ਗਿੱਲਾ ਹੋ ਕੇ ਥੱਲੇ ਡਿੱਗਦਾ। ਅਤੇ ਫਿਰ ਉਸ ਦੁੱਖਾਂ ਦੀ ਵਾਰਿਸ਼ 'ਚ ਜਦੋਂ ਸਿੱਧੂ ਮੂਸੇਵਾਲਾ ਆਇਆ, ਇੱਕ ਜੀਵ 'ਚੋਂ ਜਸਵਿੰਦਰ ਬਰਾੜ ਦਾ ਨਾਂ ਆਇਆ ਅਤੇ ਯੂਥ ਨੇ ਮੈਨੂੰ ਫਿਰ ਤੋਂ ਯੂਟਿਊਬ 'ਤੇ ਸਰਚ ਕੀਤਾ ਅਤੇ ਇੱਕ ਨਵੀਂ ਜਸਵਿੰਦਰ ਬਰਾੜ ਨੂੰ ਪੈਦਾ ਕੀਤਾ। ਅਤੇ ਅੱਜ ਮੈਂ ਖੁਦ ਬਾਬਾ ਜੀ ਦੇ ਦਰਬਾਰ 'ਤੇ, ਖਵਾਜ਼ਾ ਜੀ ਦੇ ਦਰਬਾਰ 'ਤੇ ਸਾਡੇ ਸਾਹਮਣੇ ਪੂਰੀਆਂ ਸਤਿਕਾਰਯੋਗ ਹਸਤੀਆਂ ਬੈਠੀਆਂ ਨੇ। ਮੈਂ ਉਸ ਬੱਚੇ ਨੂੰ ਦੁਆ ਦਿੰਦੀ ਹਾਂ ਕਿ ਦਿਨ ਦੁੱਗਣੀ ਰਾਹ ਚੌਗਣੀ ਤਰੱਕੀ ਮਹਾਰਾਜ ਬਖਸ਼ੇ, ਤੁਹਾਡਾ ਆਸ਼ੀਰਵਾਦ ਵੀ ਮੈਂ ਉਹਨਾਂ ਤੱਕ ਜ਼ਰੂਰ ਪਹੁੰਚਾਉਣਾ। ਅਤੇ ਬੰਬੀਹਾ ਬੋਲੇ, ਬੋਲਣਾ ਜੀ।